ਉੱਤਰ ਭਾਰਤ ਦੇ ਤਿੰਨ ਸੂਬਿਆਂ ਦੇ ਵਿੱਚੋਂ ਯਾਨੀ ਕਿ ਹਿਮਾਚਲ, ਹਰਿਆਣਾ ਅਤੇ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਮੌਨਸੂਨ ਦੇ ਵੱਖ-ਵੱਖ ਚਾਲ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਹਿਮਾਚਲ ਦੇ ਵਿੱਚ ਬਰਸਾਤ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹਰਿਆਣਾ ਦੇ ਵਿੱਚ ਵੀ ਅਜੇ ਤੇਜ਼ ਬਰਸਾਤ ਦਾ ਦੌਰ ਜਾਰੀ ਹੈ, ਜਦਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਰਹੀ ਹੈ। ਸ਼ਿਮਲਾ ਦੇ ਕਰੀਬ ਰਾਮਪੁਰ ਦੇ ਤਕਲੇਚ ਦੇ ਵਿੱਚ ਰਾਤ ਨੂੰ ਬੱਦਲ ਫਟਣ ਦੇ ਬਾਅਦ ਸਥਾਨਕ ਖੇਤਰ ਦੇ ਵਿੱਚ 6 ਪੰਚਾਇਤਾਂ ਦੇ ਵਿੱਚ ਮੋਬਾਈਲ ਸਿਗਨਲ ਦੇ ਨਾਲ ਬਿਜਲੀ ਆਪੂਰਤੀ ਵੀ ਬੁਰੀ ਤਰ੍ਹਾਂ ਠੱਪ ਹੋ ਗਈ। ਉੱਥੋਂ ਦੇ ਸਥਾਨਕ ਲੋਕ ਡਰ ਕੇ ਘਰਾਂ ਤੋਂ ਬਾਹਰ ਸੁਰੱਖਿਅਤ ਠਿਕਾਣਿਆਂ ਦੀ ਤਰਫ ਚਲੇ ਗਏ। ਉੱਥੇ ਬਰਸਾਤ ਦੇ ਨਾਲ ਉਨਾ ਸੰਤੋਸ਼ਗੜ੍ਹ ਰੋਡ ਤੇ ਪੈਣ ਵਾਲਾ ਰਾਮਪੁਰ ਪੁਲ ਵੀ ਬੁਰੀ ਤਰ੍ਹਾਂ ਕਸ਼ਤੀਗ੍ਰਸਤ ਹੋ ਗਿਆ, ਜਿਸ ਦੇ ਨਾਲ ਟ੍ਰੈਫਿਕ ਯਾਤਾਯਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੀਤੀ ਰਾਤ ਸੂਬੇ ਦੇ 4 ਜ਼ਿਲ੍ਹਿਆਂ ਦੇ ਵਿੱਚ, ਜਿਨ੍ਹਾਂ ਚੋਂ ਕਿ ਬਿਲਾਸਪੁਰ, ਹਮੀਰਪੁਰ, ਕਾਂਗੜਾ ਅਤੇ ਉਨਾ ਦੇ ਵਿੱਚ ਬਰਸਾਤ ਨੇ ਭਾਰੀ ਤਬਾਹੀ ਮਚਾਈ। ਅਟਲ ਟਨਲ ਰੋਹਤਾਂਗ ਤੋਂ 3 ਕਿਲੋਮੀਟਰ ਪਹਿਲਾਂ ਧੁੰਦੀ ਦੇ ਵਿੱਚ ਰਾਤ 11 ਵਜੇ ਲੈਂਡਸਲਾਈਡ ਦੇ ਚੱਲਦਿਆਂ ਮਨਾਲੀ ਲੇਹ ਮਾਰਗ 8 ਘੰਟੇ ਤੱਕ ਬੰਦ ਰਿਹਾ। ਦੂਜੇ ਪਾਸੇ ਹਰਿਆਣਾ ਦੇ ਸਰਸਾ, ਕਰਨਾਲ, ਜੀਂਦ ਜ਼ਿਲ੍ਹੇ ਦੇ ਵਿੱਚ ਮੌਲੇਧਾਰ ਬਰਸਾਤ ਹੋਣ ਦੀ ਖ਼ਬਰ ਵੀ ਮੌਸਮ ਵਿਭਾਗ ਨੇ ਦਿੱਤੀ ਹੈ। ਹਾਲਾਂਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ 54 mm ਬਰਸਾਤ ਰਿਕਾਰਡ ਦਰਜ ਕੀਤੀ ਗਈ, ਜਦਕਿ ਪਠਾਨਕੋਟ, ਫਿਰੋਜ਼ਪੁਰ ਅਤੇ ਰੋਪੜ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੇਖਣ ਨੂੰ ਮਿਲੀ ਹੈ। ਇਹਨਾਂ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਦਿਨ ਦੇ ਸਮੇਂ ਕੁਝ ਥਾਵਾਂ ਤੇ ਬੱਦਲ ਛਾਏ ਦਿਖੇ ਅਤੇ ਧੁੱਪ ਵੀ ਨਿਕਲੀ, ਜਿਸ ਦੇ ਚਲਦੇ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 36 degrees ਰਿਕਾਰਡ ਦਰਜ ਕੀਤਾ ਗਿਆ। ਪੰਜਾਬ ਦੇ ਵਿੱਚ ਓਵਰਆਲ ਮੌਨਸੂਨ ਦੀ ਜੇਕਰ ਗੱਲ ਕਰੀਏ ਤਾਂ ਮੌਜੂਦਾ ਸੀਜ਼ਨ ਦੇ ਦਰਮਿਆਨ ਅਜੇ ਤੱਕ ਬਰਸਾਤ ਆਮ ਦੇ ਨਾਲੋਂ 34% ਘੱਟ ਹੋਈ ਹੈ। ਇਹ ਅੰਕੜਾ ਵੀ ਪੜੋਸੀ ਸੂਬੇ ਹਿਮਾਚਲ ਅਤੇ ਹਰਿਆਣਾ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਮੌਸਮ ਵਿਭਾਗ ਦੀ ਮੰਨੀ ਤਾਂ 30 September ਨੂੰ ਮੌਨਸੂਨ ਸੂਬੇ ਤੋਂ ਵਿਦਾ ਲੈ ਲਵੇਗਾ। ਅਜਿਹੇ ਦੇ ਵਿੱਚ ਇਸ ਵਾਰ ਮੌਨਸੂਨ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ। ਇਹ ਅੰਕੜਾ 25-30 ਤੱਕ ਰਹਿ ਸਕਦਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਸ਼ਿਮਲਾ ਅਤੇ ਚੰਡੀਗੜ੍ਹ ਤਰਫੋਂ ਜਾਰੀ ਬੁਲੇਟਿਨ ਦੇ ਮੁਤਾਬਿਕ ਅਗਲੇ 24 ਘੰਟਿਆਂ ਦੇ ਲਈ ਚੰਬਾ ਅਤੇ ਕਾਂਗੜਾ ਵਿੱਚ ਮੌਲੇਧਾਰ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ। 23 August ਤੱਕ ਬਰਸਾਤ ਹੋਣ ਦਾ ਅਨੁਮਾਨ ਹੈ। ਪੰਜਾਬ ਦੇ ਵਿੱਚ ਅਜੇ ਬਰਸਾਤ ਦੇ ਲਈ 2 ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਮੌਸਮ ਵਿਭਾਗ ਦੀ ਮੰਨੀ ਤਾਂ 20 August ਤੋਂ ਮੌਸਮ ਦੇ ਵਿੱਚ ਬਦਲਾਵ ਹੋਵੇਗਾ। ਹਾਲਾਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ, ਲੇਕਿਨ 20 ਅਤੇ 21 August ਨੂੰ ਹਲਕੀ ਤੋਂ ਮੱਧਮ ਬਰਸਾਤ ਕੁਝ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਜਦਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਬੂੰਦਾਬਾਂਦੀ ਦਾ ਅਨੁਮਾਨ ਹੈ। ਇਸ ਦੇ ਬਾਅਦ ਬਰਸਾਤ ਘੱਟ ਹੋਵੇਗੀ। ਹਰਿਆਣਾ ਦੇ ਵਿੱਚ ਅਜੇ 2 ਦਿਨ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਕਿਤੇ ਜ਼ਿਆਦਾ ਮੱਧ ਦਰਜੇ ਦੀ ਬਰਸਾਤ ਦੇ ਆਸਾਰ ਮੌਸਮ ਵਿਭਾਗ ਨੇ ਜਿਤਾਏ ਹਨ। ਸਾਡੇ ਵੱਲੋਂ ਮੌਸਮ ਸੰਬੰਧੀ ਜਾਣਕਾਰੀ ਪੇਸ਼ ਕੀਤੀ ਗਈ ਹੈ। ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।